ਕੀ ਤੁਹਾਡੇ ਆਇਲਸ ਵਿੱਚ ਬੈਂਡਸ ਨਹੀਂ ਆ ਰਹੇ ਜਾਂ ਤੁਹਾਡੇ ਆਇਲਸ ਵਿੱਚੋਂ ਇੱਕ ਜਾਂ ਦੋ ਮੋਡਿਊਲਸ ਵਿੱਚ ਸਾਡੇ 5 ਬੈਂਡ ਹਨ ਤੇ ਅੱਜ ਹੀ ਵਿਜ਼ਿਟ ਕਰੋ ਲਿਬਰਾ ਓਵਰਸੀਜ਼ ਜਾਂ ਵਿਜ਼ਿਟ ਕਰੋ ਸੈਕੰਡ ਫਲੋਰ ਅਰੋੜਾ ਮੈਡੀਕਲ ਹਾਲ ਪ੍ਰਭਾਤ ਚੌਂਕ ਹੁਸ਼ਿਆਰਪੁਰ ਵੈਕਸੀਨੇਸ਼ਨ ਡਰਾਈ ਰਨ ਦਾ ਮਕਸਦ ਕੋਵਿਡ 19 ਟੀਕਾਕਰਨ ਤੋਂ ਪਹਿਲਾਂ ਦੀ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ ਤਾਂ ਕਿ ਅਗਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਸਮੇਂ ਸਿਰ ਦੂਰ ਕੀਤਾ ਜਾ ਸਕੇ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਅੰਦਰ ਅੱਜ 3 ਥਾਵਾਂ ਜ਼ਿਲ੍ਹਾ ਹਸਪਤਾਲ ਕਮਿਊਨਿਟੀ ਸਿਹਤ ਕੇਂਦਰ ਭੁੰਗਾ ਅਤੇ IVY ਹਸਪਤਾਲ ਹੁਸ਼ਿਆਰਪੁਰ ਵਿਖੇ ਡਰਾਈ ਰਨ ਕੀਤਾ ਗਿਆ ਜੋ ਬਿਲਕੁਲ ਸਫਲ ਰਿਹਾ ਅੱਜ ਡਿਸਟ੍ਰਿਕਟ ਹਸਪਤਾਲ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਕੋਵਿਡ ਦੀ ਵੈਕਸੀਨੇਸ਼ਨ ਸਟਾਰਟ ਹੋਣੀ ਹੈ ਬਹੁਤ ਜਲਦੀ ਉਹਦਾ ਡਰਾਈ ਰਨ ਕੀਤਾ ਗਿਆ ਹੈ ਅਤੇ ਇੱਥੇ ਅਸੀਂ ਸਾਰੇ ਸਿਵਲ ਸਰਜਨ ਸਾਹਿਬ ਨੇ ਸਾਰੇ ਡਾਕਟਰ ਸਾਹਿਬਾਨ ਨੇ ਅਤੇ ਡਰਾਈ ਰਨ ਦੇ ਵਿੱਚ ਜਿਵੇਂ ਕਿ ਗਵਰਨਮੈਂਟ ਦੀਆਂ ਹਦਾਇਤਾਂ ਨੇ ਕਿ ਅਲੱਗ ਅਲੱਗ ਜਿਹੜੇ ਵੈਕਸੀਨੇਸ਼ਨ ਆਫਿਸਰਸ ਨੇ ਉਹਨਾਂ ਦੀ ਡਿਊਟੀਜ਼ ਹੁੰਦੀਆਂ ਹੈ ਇਤਨੇ ਚੈੱਕ ਕਰਨਾ ਹੈ ਕਿ ਜਿਹੜੇ ਰਜਿਸਟਰਡ ਨੇ ਪੋਰਟਲ ਦੇ ਵਿੱਚ ਸਿਰਫ ਉਹਨਾਂ ਨੂੰ ਵੈਕਸੀਨੇਸ਼ਨ ਲਗਾਈ ਜਾਵੇ ਕਿਵੇਂ ਉਹਨਾਂ ਨੂੰ ਅਪਡੇਟ ਕਰਨਾ ਹੈ ਕਿਵੇਂ ਓਬਜ਼ਰਵੇਸ਼ਨ ਰੂਮ 'ਚ ਬਿਠਾ ਕੇ ਸਾਰਾ ਜਿਹੜਾ ਪ੍ਰੋਟੋਕਾਲ ਹੈ ਚੈੱਕ ਕੀਤਾ ਗਿਆ ਅਤੇ ਸਾਡੀ ਜਿਹੜੀ ਤਿਆਰੀ ਹੈ ਉਹ ਬਿਲਕੁਲ ਮੁਕੰਮਲ ਹੈ ਸਾਰਿਆਂ ਨੂੰ ਆਪਣੀ ਡਿਊਟੀਜ਼ ਦੇ ਬਾਰੇ ਪੂਰੀ ਬਰੀਫਿੰਗ ਦਿੱਤੀ ਗਈ ਹੈ ਅਤੇ ਅੱਜ ਡਿਸਟ੍ਰਿਕਟ ਹੁਸ਼ਿਆਰਪੁਰ 'ਚ 3 ਜਗ੍ਹਾ 'ਤੇ ਇਹ ਡਰਾਈ ਰਨ ਹੋ ਰਿਹਾ ਹੈ ਹੁਸ਼ਿਆਰਪੁਰ ਦੇ ਵਿੱਚ ਡਿਸਟ੍ਰਿਕਟ ਹੋਸਪਿਟਲ ਦੇ ਵਿੱਚ ਭੁੰਗਾ ਦੇ ਵਿੱਚ ਅਤੇ IVY ਹੋਸਪਿਟਲ ਦੇ ਵਿੱਚ ਕਿਉਂਕਿ ਜਿਹੜੀ ਵੈਕਸੀਨੇਸ਼ਨ ਦੀ ਪ੍ਰਕਿਰਿਆ ਹੈ ਇਹ ਪ੍ਰਾਈਵੇਟ ਹੋਸਪਿਟਲ ਦੇ ਵਿੱਚ ਵੀ ਚੱਲੇਗੀ ਇਸ ਲਈ ਉੱਥੇ ਵੀ ਕੀਤਾ ਜਾਵੇ ਥੈਂਕ ਯੂ ਮੈਡਮ ਕੋਵਿਡ 19 ਵੈਕਸੀਨੇਸ਼ਨ ਦੇ ਸੰਬੰਧ ਦੇ ਵਿੱਚ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਡਰਾਈ ਰਨ ਹੋ ਰਿਹਾ ਹੈ ਜੋ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਵਿੱਚ IVY ਹੋਸਪਿਟਲ ਹੁਸ਼ਿਆਰਪੁਰ ਔਰ ਭੁੰਗਾ CSC ਦੇ ਵਿੱਚ ਹੋ ਰਿਹਾ ਸੋ ਇਹ ਸਿਰਫ ਦੇਖਣ ਵਾਸਤੇ ਕਿ ਸਾਡੀਆਂ ਕੀ ਤਿਆਰੀਆਂ ਸਾਰੀਆਂ ਮੁਕੰਮਲ ਨੇ ਸੋ ਅਸੀਂ ਇਹ ਦੇਖਿਆ ਕਿ ਸਾਡਾ ਜਿਵਲ ਜ਼ਿਲ੍ਹੇ ਹਸਪਤਾਲ ਦੇ ਵਿੱਚ ਵਿਜ਼ਿਟ ਕੀਤਾ ਮਾਨਯੋਗ ਡਿਪਟੀ ਕਮਿਸ਼ਨਰ ਵੀ ਵਿਜ਼ਿਟ ਕਰਕੇ ਗਏ ਨੇ ਔਰ ਬਹੁਤ ਵਧੀਆ ਸਿਸਟਮ ਹੈ ਸਾਰਾ ਐਵਰੀਬਾਡੀ ਨੋਜ਼ ਵੀ ਉਹਦਾ ਕੀ ਰੋਲ ਹੈ ਸੋ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਸੋ ਸਾਨੂੰ ਹੁਣ ਉਮੀਦ ਹੈ ਕਿ ਜਦੋਂ ਵੀ ਵੈਕਸੀਨੇਸ਼ਨ ਆਏਗੀ ਸਾਡੇ ਕੋਲ ਉੱਥੇ ਪੂਰਨ ਪ੍ਰਬੰਧ ਹੈ ਔਰ ਅਸੀਂ ਬਹੁਤ ਵਧੀਆ ਤਰ੍ਹਾਂ ਸਾਰੇ ਜਿਹੜੇ ਬੈਨੀਫਿਸ਼ਰੀ ਨੇ ਉਹਨਾਂ ਨੂੰ ਲਾਭ ਪਹੁੰਚਾ ਸਕਦੇ ਹਾਂ ਚਲੋ ਅੱਗੇ ਕਰੋ ਕਰਵੇ ਪਾਓ ਓਕੇ ਮੈਡਮ ਭੇਜ ਦਿਓ ਲਾਉਣਾ ਤੇ ਉਹ ਉਦਾਂ ਹੀ ਕਰਨਾ ਉਹਦੀ ਇਸ ਵਿੱਚ ਸੈਟਿੰਗ ਹੋਣੀ